आम आदमी पार्टी विच भ्रिष्टाचार दे मामले ते अकाली भाजपा गठजोड़ दे विधायक मनजिंदर सिंह सिरसा ने प्रतिक्रिया दित्ती है। आम आदमी पार्टी दे मंत्री सतिंदर जैन वालों सिरसा खिलाफ मान हानि दा मुकदमा दर्ज करवाण दे मामले ते सिरसा ने कहा कि उन्हां खिलाफ झूठे अते आधारहीन केस पाए जा रहे ने। सिरसा ने भी कहा कि भ्रिष्टाचार बारे उठ रहे सवालों दा जवाब देण दी बजाए आम आदमी पार्टी अजिहे कार्ज कर रही है। अज एक गल स्पष्ट हो गई कि सतिंदर जैन ਇਹ ਮੰਨਦੇ ਨੇ ਕਿ ਉਹਨਾਂ ਦੀ ਮਾਨਹਾਨੀ ਹੋਈ ਹੈ, ਅਰਵਿੰਦ ਕੇਜਰੀਵਾਲ ਦੀ ਮਾਨਹਾਨੀ ਨਹੀਂ ਹੋਈ। ਅਰਵਿੰਦ ਕੇਜਰੀਵਾਲ ਨੇ ਪੈਸੇ ਲਏ, ਸਤਿੰਦਰ ਜੈਨ ਨੇ ਦਿੱਤੇ, ਪਰ ਅਰਵਿੰਦ ਕੇਜਰੀਵਾਲ ਨਹੀਂ ਬੋਲ ਰਹੇ ਕਿਉਂਕਿ ਉਹ ਮੰਨ ਰਹੇ ਨੇ ਕਿ ਹਾਂ ਮੈਂ ਪੈਸੇ ਲਏ ਸੀ, ਮੇਰਾ ਮਾਣ ਘੱਟ ਨਹੀਂ ਹੋਇਆ ਪਰ ਦੇਣ ਵਾਲੇ ਦਾ ਹੋਇਆ। ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ, ਮੇਰੇ 'ਤੇ 10 ਹੋਰ ਮੁਕੱਦਮੇ ਦਰਜ ਕਰਾ ਦੇਣ, ਪਰ ਮੈਂ ਆਪਣੀ ਸੱਚ ਦੀ ਆਵਾਜ਼ ਨੂੰ ਦਬਣ ਨਹੀਂ ਦੇਊਂਗਾ, ਨਾ ਹੀ ਅਰਵਿੰਦ ਕੇਜਰੀਵਾਲ ਮੇਰੀ ਆਵਾਜ਼ ਨੂੰ ਦਬਾ ਸਕਦੇ ਨੇ। ਕੱਲ੍ਹ ਮਮਤਾ ਬੈਨਰਜੀ ਦੇ ਰਾਹੀਂ ਵੀ ਉਹਨਾਂ ਨੇ ਦਿੱਲੀ ਉੱਥੋਂ ਵੈਸਟ ਬੰਗਾਲ ਦੇ ਮੁੱਖ ਮੰਤਰੀ ਜੀ ਦੇ ਰਾਹੀਂ ਵੀ ਮੇਰੇ 'ਤੇ ਮੁਕੱਦਮਾ ਦਰਜ ਕਰਾਉਣ ਵਾਸਤੇ ਸਾਊਥ ਅਵੈਨਿਊ ਪੁਲਿਸ ਸਟੇਸ਼ਨ 'ਚ ਮੇਰੇ 'ਤੇ ਖਿਲਾਫ ਕੰਪਲੇਂਟ ਦਿੱਤੀ ਆ। ਅਰਵਿੰਦ ਕੇਜਰੀਵਾਲ ਜੀ ਮੈਂ ਡਰਦਾ ਨਹੀਂ, ਅੱਜ ਤੱਕ ਤੁਹਾਡਾ ਉਹਨਾਂ ਲੋਕਾਂ ਦਾ ਵਾਸਤਾ ਪਾਇਆ ਜਿਹੜੇ ਖੁਦ ਕਾਇਰ ਸੀ, ਜਿਹੜੇ ਡਰਦੇ ਸੀ। ਤੁਹਾਡੇ ਲੋਕ, ਤੁਹਾਡੇ MLA ਤੁਹਾਡੇ ਤੋਂ ਡਰਦੇ ਹੋਣਗੇ, ਮੈਂ ਕਿਸੇ ਤੋਂ ਡਰਦਾ ਨਹੀਂ ਔਰ ਮੈਂ ਤੁਹਾਨੂੰ ਬੇਨਕਾਬ ਕਰਕੇ ਛੱਡੂੰਗਾ। ਜਿਹੜਾ ਕਰੋੜਾਂ ਰੁਪਇਆ ਤੁਸੀਂ ਫੇਕ ਕੰਪਨੀਆਂ ਦੇ ਰਾਹੀਂ, ਸ਼ੈਲ ਕੰਪਨੀਆਂ ਦੇ ਰਾਹੀਂ, ਮੁਕੇਸ਼ ਕੁਮਾਰ ਦੇ ਰਾਹੀਂ ਔਰ ਸ਼ਰਮੇ ਦੇ ਰਾਹੀਂ, ਜਿਨ੍ਹਾਂ ਦੇ ਘਰਾਂ 'ਚੋਂ 75-75 ਕਰੋੜ ਰੁਪਇਆ ਕੈਸ਼ ਫੜਿਆ ਗਿਆ ਸੀ, ਉਹਨਾਂ ਤੋਂ ਤੁਸੀਂ ਚੈੱਕ ਦੇ ਰਾਹੀਂ ਜਿਹੜੇ ਪੈਸੇ ਲੈ ਰੱਖੇ ਨੇ, ਉਹ ਪੈਸੇ ਸ਼ੈਲ ਕੰਪਨੀਆਂ 'ਚੋਂ ਤੁਹਾਡੇ ਕਰਪਸ਼ਨ ਦੇ ਪੈਸੇ ਨੇ, ਤੁਹਾਡੇ ਸੰਡ ਨੂੰ ਜਿਹੜੇ ਤੁਸੀਂ ਕੰਮ ਦਿੱਤੇ ਨੇ, ਕਾਰੋਬਾਰ ਦਿੱਤੇ ਨੇ ਔਰ 10 ਕਰੋੜ ਰੁਪਇਆ ਉਹਨਾਂ ਟ੍ਰੈਜਰੀ 'ਚੋਂ ਕੈਸ਼ ਕੱਢਿਆ ਜਿਹੜਾ ਕਦੀ ਉਹਨਾਂ ਨੇ ਕੰਮ ਕੀਤਾ ਹੀ ਨਹੀਂ ਸੀ। ਇਹ ਸਾਰੇ ਖੁਲਾਸਿਆਂ ਤੋਂ ਤੁਸੀਂ ਬਚ ਨਹੀਂ ਸਕੋਗੇ। ਅਗਰ ਤੁਹਾਡੇ 'ਚ ਹਿੰਮਤ ਆ ਤਾਂ ਆਪਣੇ ਮੋਹਰੇ ਨੂੰ ਪਿੱਛੇ ਕਰੋ ਔਰ ਆਪ ਸਾਹਮਣੇ ਆ ਕੇ ਜਵਾਬ ਦਿਓ